ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡੇ ਨਵੀਂ ਵੀਡੀਓ ਵਿੱਚ ਹੁਣ ਜਿੱਦਾਂ ਕਿ ਤੁਸੀਂ ਟਾਈਟਲ ਤੋਂ ਦੇਖ ਲਿਆ ਹੋਣਾ ਆਹ ਵੀਡੀਓ ਹੈਗੀ ਹੈ YouTube ਬਾਰੇ ਤੇ ਸਪੈਸਿਫਿਕ ਵਿੱਚ ਆਪਾਂ ਗੱਲ ਕਰਾਂਗੇ ਵੀ ਆਪਣੇ YouTube ਚੈਨਲ ਦੀ ਆਪਾਂ ਰੀਚ ਕਿਵੇਂ ਵਧਾ ਸਕਦੇ ਆ ਆਪਾਂ ਆਪਣਾ ਚੈਨਲ ਕਿਵੇਂ ਮੋਨਟਾਈਜ਼ ਕਰ ਸਕਦੇ ਆ ਤੇ ਰੀਅਲਿਸਟਿਕਲੀ YouTube ਕਿੰਨਾ ਪੇ ਕਰਦੀ ਆ ਸੋ ਇਹ ਵੀਡੀਓ ਖਾਸ ਕਰਕੇ ਉਹਨਾਂ ਲਈ ਆ ਜਿਨ੍ਹਾਂ ਨੇ ਮੇਬੀ ਨਵਾਂ YouTube ਚੈਨਲ ਸਟਾਰਟ ਕੀਤਾ ਹੋਵੇ ਜਾਂ ਸਟਰਗਲ ਕਰ ਰਹੇ ਨੇ ਉਹਨਾਂ ਦੇ ਚੈਨਲ ਨੂੰ ਰੀਚ ਨਹੀਂ ਮਿਲ ਰਹੀ ਵਿਊਜ਼ ਘਟ ਰਹੇ ਨੇ ਜਿਆਦੇ ਲੋਕਾਂ ਤੱਕ ਉਹਨਾਂ ਦਾ ਕੰਟੈਂਟ ਪਹੁੰਚਦਾ ਨਹੀਂ ਕਹਣਾ ਐਲਗੋਰਿਦਮ ਰੀਚ ਨਹੀਂ ਦੇ ਰਹੀ ਵੀ ਕੀ ਪ੍ਰੋਬਲਮ ਆ ਤੇ ਉਹ ਕਿਦਾਂ ਫਿਕਸ ਕਰ ਸਕਦੇ ਨੇ ਹੁਣ ਤੁਸੀਂ ਇਹ ਚੀਜ਼ ਦੇਖੋ ਹੁਣ ਤੋਂ ਐਗਜ਼ੈਕਟਲੀ 1 ਸਾਲ ਪਹਿਲਾਂ ਹੁਣ ਦਸੰਬਰ 2023 ਆ ਤੇ ਦਸੰਬਰ 2022 ਵਿੱਚ ਮੇਰੇ ਇੰਨੇ ਸਬਸਕ੍ਰਾਈਬਰ ਹੁੰਦੇ ਸੀਗੇ 2600 ਉਦੋਂ ਪੂਰਾ ਸਾਲ ਮੈਂ ਕੰਟੈਂਟ ਪਾਇਆ ਸੀਗਾ ਪੂਰਾ ਸਾਲ ਕੰਟੈਂਟ ਪਾਉਣ ਤੋਂ ਬਾਅਦ 2600 ਸਬਸਕ੍ਰਾਈਬਰਸ ਬਣੇ ਸੀਗੇ ਤੇ ਹੁਣ ਜਦੋਂ 1 ਸਾਲ ਹੋਰ ਨਿਕਲ ਗਿਆ ਹੁਣ 56000 ਸਬਸਕ੍ਰਾਈਬਰਸ ਨੇ ਤੋਂ ਪਹਿਲਾਂ ਮੈਂ ਸਾਰਾ ਸਾਲ ਕੰਟੈਂਟ ਪਾਉਂਦਾ ਰਿਹਾ ਪਰ ਇੰਨੇ ਘੱਟ ਲੋਕ ਮੇਰ ਨਾਲ ਜੁੜੇ ਤੇ ਹੁਣ ਮੈਂ ਸੇਮ ਅਮਾਉਂਟ ਵਿੱਚ ਸੇਮ ਟਾਈਮ ਵਿੱਚ ਇੰਨੇ ਜ਼ਿਆਦੇ ਲੋਕ ਮੇਰ ਨਾਲ ਜੋੜ ਲਏ 50000 ਤੋਂ ਜ਼ਿਆਦੇ ਲੋਕ ਮੇਰ ਨਾਲ ਜੋੜ ਲਏ ਇਹ ਕਿੱਦਾਂ ਹੋਇਆ ਇਹ ਇਦਾਂ ਕਿਉਂਕਿ ਮੈਂ ਐਕਚੁਅਲ ਵਿੱਚ YouTube ਦੀ ਐਲਗੋਰਿਦਮ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਜ਼ਿਆਦਾ ਉਹਨੂੰ ਸਟੱਡੀ ਕੀਤਾ ਮੈਂ ਦੇਖਿਆ ਵੀ ਇਹ ਕਿੱਦਾਂ ਵਰਕ ਕਰਦੀ ਆ ਐਕਚੁਅਲ ਵਿੱਚ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਨੇ ਜਿਨ੍ਹਾਂ ਨ ਰੱਖਣਾ ਪੈਂਦਾ ਤੇ ਫਿਰ ਤੁਹਾਡੇ ਚੈਨਲ ਨੂੰ ਵਧੀਆ ਰੀਚ ਮਿਲ ਜਾਂਦੀ ਆ ਉਹ ਆਪਾਂ ਵੀਡੀਓ ਵਿੱਚ ਅੱਗੇ ਤੁਹਾਨੂੰ ਦੱਸਾਂਗੇ ਸੋ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਤੁਹਾਨੂੰ ਬਹੁਤ ਵੈਲਿਊਏਬਲ ਬਹੁਤ ਕੰਮ ਦੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਮੇਬੀ ਤੁਸੀਂ ਇਹ YouTube ਚੈਨਲ ਸ਼ੁਰੂ ਕੀਤਾ ਹਨ ਤੁਹਾਡੇ ਵੀ ਬਹੁਤ ਕੰਮ ਆਉਣਗੇ ਤੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜਦੋਂ ਆਪਾਂ ਨਵਾਂ ਨਵਾਂ ਚੈਨਲ ਬਣਾਉਂਨੇ ਆ ਉਹ ਸ਼ੁਰੂਆਤ ਸਭ ਨਾਲ ਔਖਾ 파ਰਟ ਹੁੰਦਾ ਕਿਉਂਕਿ ਸ਼ੁਰੂਆਤ ਵਿੱਚ ਕੋਈ ਤੁਹਾਨੂੰ ਜਾਣਦਾ ਨਹੀਂ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਕੰਟੈਂਟ ਪਾਉਂਦੇ ਹੋ YouTube ਤੇ ਸੋ ਲੋਕਾਂ ਤੱਕ ਆਪਾਂ ਆਪਣਾ ਕੰਟੈਂਟ ਪਹੁੰਚਾਉਣਾ ਹੁੰਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੁਣ ਸਾਰੇ ਜਿੰਨੇ ਵੀ ਸੋਸ਼ਲ ਮੀਡੀਆ ਨੇ ਨਾ Instagram ਲਾ ਲੋ TikTok ਤੇ YouTube YouTube ਉਹ ਆ ਜਿੱਥੇ ਐਕਸਟਰਾ ਐਫਰਟ ਲਾਦੀ ਆ ਜਿੱਥੇ ਕਹਿ ਸਕਦੇ ਆ ਬੰਦੇ ਦਾ ਥੋੜਾ ਜਿਆਦਾ ਜ਼ੋਰ ਲਾਦਾ ਜੀ ਉਹ ਚੀਜ਼ ਨੂੰ ਹਨਾ ਗਰੋ ਕਰਨਾ ਬੜੇ ਲੈਵਲ ਤੱਕ ਤੇ ਹੁਣ ਜੇ ਇਨਸਟਾਗ੍ਰam ਦੇਖੋਗੇ ਜੇ ਤੁਸੀਂ ਰੀਲਸ ਪਾਉਨੇ ਹੋ ਰੀਲਸ ਤੇ ਗਰੋ ਕਰਨਾ ਬਹੁਤ ਈਜ਼ੀ ਆ ਮੇਰੇ 5 ਮਹੀਨਿਆਂ ਚ 1 ਲੱਖ ਫਾਲੋਅਰ ਬਣ ਗਏ ਸੀ ਜੋ ਮੈਂ ਰੀਲਾ ਪਾਉਂਦਾ ਸੀ ਕਿਉਂਕਿ ਐਕਚੁਅਲ ਵਿੱਚ ਉਹ ਐਲਗੋਰਿਦਮ ਅਲੱਗਾ ਤੇ YouTube ਦੇ ਐਲਗੋਰਿਦਮ ਅਲੱਗਾ ਜਦੋਂ ਆਪਾਂ ਰੀਲਾ ਪਾਉਂਨੇ ਆ ਲੋਕ ਸਕਰੋਲ ਕਰਦੇ ਰਹਿੰਦੇ ਨੇ ਤੇ ਵਿੱਚ ਆਪਣਾ ਕੰਟੈਂਟ ਵੀ ਆ ਜਾਂਦਾ ਸੋ ਆਪਾਂ ਨੂੰ ਵੀ ਉਹਦੇ ਵਿਊ ਮਿਲ ਜਾਂਦਾ ਹੁਣ ਜਿਹੜਾ YouTube ਆ YouTube ਤੇ ਤੁਸੀਂ ਇੱਕ ਵੀਡੀਓ ਜੋ ਬਣਾ ਕੇ ਪਾਉਨੇ ਹੋ ਉਹਨੂੰ ਇੱਕ ਟਾਈਟਲ ਦਿੰਨੇ ਹੋ ਤੇ ਉਹਦੇ ਉੱਤੇ ਇੱਕ ਥੰਬਨੇਲ ਲਾਉਨੇ ਹੋ ਹੁਣ ਉੱਥੇ ਤੁਸੀਂ ਲੋਕਾਂ ਨੂੰ ਕੰਵਿੰਸ ਕਰਨਾ ਵੀ ਟਾਈਟਲ ਤੇ ਥੰਬਨੇਲ ਨੂੰ ਦੇਖ ਕੇ ਮੇਰੀ ਵੀਡੀਓ ਤੇ ਕਲਿੱਕ ਕਰੋ ਮੇਰੀ ਵੀਡੀਓ ਨੂੰ ਓਪਨ ਕਰੋ ਜੇ ਉਹ ਵੀਡੀਓ ਓਪਨ ਨਹੀਂ ਕਰਦੇ ਤਾਂ ਤੁਹਾਨੂੰ ਵਿਊ ਨਹੀਂ ਮਿਲਣਾ ਸੋ YouTube ਤੇ ਐਕਚੁਅਲ ਵਿੱਚ ਕਹਿ ਸਕਦੇ ਆ ਬੰਦੇ ਦੀ ਮਿਹਨਤ ਥੋੜੀ ਜ਼ਿਆਦਾ ਲੱਦੀ ਆ ਥੋੜਾ ਐਕਸਟਰਾ ਮਾਈਲ ਚੱਲਣਾ ਪੈਂਦਾ ਹੁਣ ਸਭ ਤੋਂ ਪਹਿਲਾਂ ਜੋ ਬੰਦਾ ਨਵਾਂ ਚੈਨਲ ਬਣਾਉਣ ਦਾ ਸ਼ੁਰੂਆਤ ਵਿੱਚ ਐਕਸਪੈਰੀਮੈਂਟ ਕਰਕੇ ਦੇਖਣਾ ਪੈਂਦਾ ਅਲੱਗ-ਅਲੱਗ ਟਾਈਪ ਦਾ ਕੰਟੈਂਟ ਤੁਹਾਨੂੰ ਪਾ ਕੇ ਦੇਖਣਾ ਪੈਣਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਐਕਚੁਅਲ ਵਿੱਚ ਲੋਕਾਂ ਨੂੰ ਕਿਹੜਾ ਕੰਟੈਂਟ ਪਸੰਦ ਆ ਕਿੱਦਾਂ ਦੀ ਵੀਡੀਓ ਆਡੀਅנס ਥੋੜੀ ਦੇਖਣਾ ਚਾਹ ਲਾਇਏ ਮੈਂ ਸ਼ੁਰੂਆਤ ਵਿੱਚ ਹੁਣ ਜਿਵੇਂ ਬਾਕੀ ਸਾਰੇ ਵੀਡੀਓ ਪਾਉਂਦੇ ਨੇ ਮੈਂ ਉਦਾਂ ਹੀ ਨਾਰਮਲ ਆਪਣੀ ਵੀਡੀਓਜ਼ ਪਾਉਂਦਾ ਸੀ ਵਲੌਗ ਟਾਈਪ ਕਹਿ ਸਕਦੇ ਹਣਾ ਵੀ ਜੇ ਮੈਂ ਬਾਹਰ ਕਿਤੇ ਗਿਆ ਜਾਂ ਕੁਝ ਕਰ ਰਿਹਾ ਹੁੰਨਾ ਉਹੀ ਵੀਡੀਓ ਬਣਾ ਕੇ ਫਿਰ ਉਹ ਆਪਾਂ ਪਾ ਲੈਂਦੇ ਸੀ ਮੈਂ YouTube ਚੈਨਲ ਉਦੋਂ ਸ਼ੁਰੂ ਕੀਤਾ ਸੀ ਜੋ ਮੈਂ ਨਵਾਂ ਨਵਾਂ ਕੈਨੇਡਾ ਚ ਆਇਆ ਸੀ ਉਦੋਂ ਮੈਂ ਦੇਖਿਆ ਮੈਂ ਕਿ ਚੱਲ ਵਲੌਗਿੰਗ ਤੋਂ ਸਟਾਰਟ ਕਰਦੇ ਹਾਂ ਮੈਂ ਵਲੌਗ ਵਲੌਗ ਪਾਉਂਦਾ ਸੀਗਾ ਆਧੇਤਰ ਮੈਂ ਉਦੋਂ ਸਟੂਡੈਂਟ ਹੁੰਦਾ ਸੀ ਹਣਾ ਪੜਾਈ ਕਰਦਾ ਹੁੰਦਾ ਸੀ ਮੈਂ ਸਟੂਡੈਂਟ ਲਾਈਫ ਜ਼ਿਆਦਾ ਦਿਖਾਈ ਸੋ ਇੱਥੇ ਮੈਂ ਇੱਕ ਚੀਜ਼ ਸਮਝੀ ਹੁਣ ਉਹ ਜਿਹੜ ਉਹ ਆਲਰੇਡੀ ਪਹਿਲਾਂ ਹਜ਼ਾਰਾਂ ਲੋਕਾਂ ਨੇ ਹੀ ਪਾਤਾ ਸੀਗਾ ਹਨਾ ਜੇ ਆਪਾਂ ਕੈਨੇਡਾ ਬਾਰੇ ਕੋਈ ਵੀ ਚੀਜ਼ ਸਰਚ ਕਰੀਏ ਹਜ਼ਾਰਾਂ ਵੀਡੀਓ ਨਿਕਲਣ ਗਿਆ ਸੋ ਮੈਂ ਸੇਮ ਚੀਜ਼ ਕਰ ਰਿਹਾ ਜਿਹੜੀ ਚੀਜ਼ ਆਲਰੇਡੀ ਪਹਿਲਾਂ ਇੰਨੀ ਜ਼ਿਆਦਾ ਮਾਰਕੀਟ ਵਿੱਚ ਮੈਂ ਸੇਮ ਚੀਜ਼ ਆਪ ਵੀ ਬਣਾ ਕੇ ਪਾ ਰਿਹਾ ਸੋ ਆਬਵੀਅਸਲੀ ਉਹ ਚੀਜ਼ ਡਿਫਰੈਂਟ ਨਹੀਂ ਹੈਗੀ ਤੇ ਉਹਨੇ ਸਟੈਂਡ ਆਊਟ ਨਹੀਂ ਕਰਨਾ ਸੋ ਪਹਿਲਾਂ ਮੈਂ ਕਿੰਨੇ ਟਾਈਮ ਲਈ ਇਦਾਂ ਹੀ ਵੀਡੀਓਜ਼ ਪਾਈ ਗਿਆ ਚੜ ਗਿਆ ਚੜ ਗਿਆ ਹਨਾ ਤਾਂ ਹੀ ਪਹਿਲੇ ਸਾਲ 'ਚ 2600 ਸਬਸਕ੍ਰਾਈਬਰ ਤੱਕ ਪਹੁੰਚਿਆ ਸੀ ਸ਼ੁਰੂਆਤ ਵਿੱਚ ਮੈਂ ਜੋ ਗਲਤੀ ਕੀਤੀ ਸੀ ਇਦਾਂ ਹੁੰਦਾ ਸੀ ਵੀ ਅੱਜ ਮੈਂ ਇੱਕ ਵੀਡੀਓ ਪਾਤੀ ਵਾਚੋ ਮੈਂ 2-3 ਹਫਤੇ ਲਈ ਕੁਐਸ਼ਨ ਹੀ ਪਾਉਣਾ ਫਿਰ ਮੈਂ ਹੋਰ ਪਾ ਦੇਣੀ ਵੀਡੀਓ ਤੋ ਇਦਾਂ ਨਹੀਂ ਕਰਨਾ ਕੰਸਿਸਟੈਂਟ ਰਹਾ ਕਰੋ ਕੋਸ਼ਿਸ਼ ਕਰਿਆ ਕਰੋ ਹਰੇਕ ਹਫਤੇ ਕੁਐਸ਼ਨ ਆ ਕੁਝ ਤੁਹਾਡੇ ਚੈਨਲ ਤੇ ਅਪਲੋਡ ਹੋਈ ਜਾਵੇ ਤੇ ਸ਼ੁਰੂਆਤ ਵਿੱਚ ਖਾਸ ਕਰਕੇ ਅਲੱਗ-ਅਲੱਗ ਵੀਡੀਓਜ਼ ਨਾਲ ਐਕਸਪੈਰੀਮੈਂਟ ਕਰਕੇ ਦੇਖਿਆ ਕਰੋ ਮੇਬੀ ਤੁਸੀਂ ਵਲੌਗ ਪਾਉਨੇ ਹੋ ਨਾ ਪਰ ਉਹ ਵਲੌਗ ਤੁਹਾਡੇ ਚੱਲਦੇ ਨਹੀਂਗੇ ਫਿਰ ਤੁਸੀਂ ਕੁਝ ਡਿਫਰੈਂਟ ਟਰਾਈ ਕਰਕੇ ਦੇਖੋ ਮੇਬੀ ਥੋੜੀ ਐਜੂਕੇਸ਼ਨਲ ਜਾਂ ਨੌਲੇਜ ਵਾਲੀਆ ਵੀਡੀਓ ਪਾ ਕੇ ਦੇਖੋ ਇਹੀ ਚੀਜ਼ ਨਾ ਦੇਖਿਆ ਕਰੋ ਵੀ ਜੇ ਬਾਕੀ ਸਾਰੇ ਲੋਕ ਆਹ ਚੀਜ਼ ਕਰ ਰਹੇ ਨੇ ਵੀ ਜੇ ਤੁਸੀਂ ਵੀ ਉਹ ਸੇਮ ਉਹਨਾਂ ਵਾਂਗੂ ਕਰੋਗੇ ਤੇ ਤੁਹਾਡਾ ਵੀ ਉਹਨਾਂ ਵਾਂਗੂ ਚੱਲੂ ਇਦਾਂ ਨਹੀਂ ਹੁੰਦਾ ਹਰੇਕ ਬੰਦਾ ਡਿਫਰੈਂਟ ਹੁੰਦਾ ਹਰੇਕ ਬੰਦੇ ਚ ਆਪਦਾ ਕੁਝ ਅਲੱਗ ਹੁੰਦਾ ਸਪੈਸ਼ਲ ਹਨਾ ਆਪਦਾ ਯੂਨੀਕ ਸਟਾਈਲ ਹੁੰਦਾ ਸਭ ਤੋਂ ਛੇਤੀ ਜੇ ਤੁਸ ਚੰਨਿਓ ਹਨਾ ਵੀ ਐਲਗੋਰਿਦਮ ਥੋੜੀ ਵੀਡੀਓਸ ਪੈਕ ਕਰੇ ਤੇ ਲੋਕਾਂ ਤੱਕ ਪਹੁੰਚਾਵੇ ਇੱਥੇ ਦੋ ਤਿੰਨ ਚੀਜ਼ਾਂ ਮੈਟਰ ਕਰਦੀਆਂ ਨੇ ਸਭ ਤੋਂ ਪਹਿਲਾਂ ਤੁਹਾਡਾ ਕਲਿਕ ਥਰੂ ਰੇਟ ਕਲਿਕ ਥਰੂ ਰੇਟ ਕੀ ਹੁੰਦਾ ਬੇਸਿਕਲੀ ਉਹ ਹੁੰਦਾ ਫੋਰ ਐਗਜ਼ਾਮਪਲ YouTube ਨੇ 1000 ਬੰਦੇ ਤੱਕ ਥੋੜੀ ਵੀਡੀਓ ਪਹੁੰਚਾਈਆ ਉਹ 1000 ਚੋਂ ਕਿੰਨੇ ਲੋਕਾਂ ਨੇ ਵੀਡੀਓ ਤੇ ਕਲਿੱਕ ਕੀਤਾ ਜਿੰਨੇ ਜ਼ਿਆਦਾ ਕਲਿੱਕ ਹੋਣਗੇ ਓਨੇ ਜ਼ਿਆਦਾ ਉਹ ਦੇਖੂਗਾ ਹਨਾ ਵੀ ਲੋਕ ਇਹ ਵੀਡੀਓ ਤੇ ਇਹਨੂੰ ਖੋਲ ਰਹਿ ਨੇ ਕਲਿੱਕ ਥਰੂ ਰੇਟ ਜੇ ਵਧੀਆ ਚਾਹੁੰਦੇ ਹੋ ਤਾਂ ਤੁਹਾਡੀ ਟਾਈਟਲ ਤੇ ਤੁਹਾਡਾ ਥੰਬਨੇਲ ਵਧੀਆ ਹੋਣਾ ਚਾਹੀਦੇ ਨੇ YouTube ਤੇ ਜੇ ਤੁਸੀਂ ਸਰਚ ਕਰੋਗੇ ਬਹੁਤ ਸਾਰੇ ਫ੍ਰੀ ਟਿਊਟੋਰੀਅਲ ਨੇ ਵੀ ਟਾਈਟਲ ਤੇ ਥੰਬਨੇਲ ਕਿੱਦਾਂ ਵਧੀਆ ਬਣਾਉਣ ਲੇ ਦੂਜੀ ਚੀਜ਼ ਜਿਹੜੀ ਮੈਟਰ ਕਰਦੀ ਆ ਉਹ ਹੈਗੇ ਤੁਹਾਡਾ ਵਾਚ ਟਾਈਮ ਆਵਰ ਲੋਕ ਤੁਹਾਡੀ ਵੀਡੀਓ ਪੂਰੀ ਦੇਖਦੇ ਨੇ ਅੱਧੀ ਦੇਖਦੇ ਨੇ ਜਾਂ 1-2 ਮਿੰਟ ਦੇਖ ਕੇ ਛੱਡ ਦਿੰਦੇ ਨੇ ਵਾਚ ਟਾਈਮ ਆਵਰ ਬਹੁਤ ਮੈਟਰ ਕਰਦਾ ਕਿਉਂਕਿ ਐਕਚੁਅਲ ਵਿੱਚ YouTube ਦੀ ਐਲਗੋਰਿਦਮ ਇਹੋ ਚਾਹੁੰਦੀ ਆ ਜਿਹੜੀ ਆਡੀਅנס ਆ ਉਹ ਵੱਧ ਤੋਂ ਵੱਧ ਆਪ ਦਾ ਟਾਈਮ ਸਪੈਂਡ ਕਰੇ YouTube ਤੇ ਜੇ ਤੁਹਾਡਾ ਵਾਚ ਟਾਈਮ ਆਵਰ ਵਧੀਆ ਤੁਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਰੀਟੇਨ ਕਰਕੇ ਰੱਖ ਸਕਦੇ ਹੋ YouTube ਤੇ ਲੋਕ ਤੁਹਾਡੀ ਵੀਡੀਓ ਪੂਰੀ ਦੇਖਦੇ ਨੇ ਤਾਂ ਐਲਗੋਰਿਦਮ ਨੇ ਉਹ ਤੁਹਾਡੀ ਵੀਡੀਓ ਨੂੰ ਜ਼ਿਆਦਾ ਰੀਚ ਦੇਣੀ ਆ ਪਹਿਲੀ ਚੀਜ਼ ਕਲਿਕ ਥਰੂ ਰੇਟ ਵਧੀਆ ਥੰਬਨੇਲ ਦਾ ਟਾਈਟਲ ਦੂਜੀ ਚੀਜ਼ ਜਿਹੜੀ ਆ ਉਹ ਹੈਗੀ ਆ ਤੁਹਾਡਾ ਵਾਚ ਟਾਈਮ ਹਰ ਬੰਦੇ ਨੂੰ ਆਏ ਹੁੰਦਾ ਵੀ ਯਾਰ ਮੈਂ ਸ਼ੁਰੂਆਤ ਕਰਾਂ ਵੀ ਜੇ ਜਦੀ ਮੇਰਾ ਚੈਨਲ ਚੱਲ ਪਏ ਇਦਾਂ ਨਹੀਂ ਹੁੰਦਾ ਟਰਾਈ ਕਰੋ ਅਲੱਗ-ਅਲੱਗ ਚੀਜ਼ਾਂ ਹਨਾ ਪਹਿਲੀਆਂ ਦੋ ਤਿੰਨ ਚੀਜ਼ਾਂ ਤੁਹਾਡੀਆਂ ਚੱਲਦੀਆਂ ਨਹੀਂ ਕੁਝ ਹੋਰ ਡਿਫਰੈਂਟ ਟਰਾਈ ਕਰੋ ਤੀਜੀ ਚੀਜ਼ ਜਿਹੜੀ ਮੈਟਰ ਕਰਦੀ ਆ ਉਹ ਹੈਗੀ ਆ ਵੀ ਜਿਹੜੀ ਆਡੀਅנס ਆ ਤੁਹਾਡੇ ਉਹ ਤੁਹਾਡੀ ਵੀਡੀਓ ਦੇਖ ਕੇ ਉਹ ਵੀਡੀਓ ਨਾਲ ਇੰਟਰੈਕਟ ਕਰਦੀ ਆ ਕਿ ਨਹੀਂ ਫੋਰ ਐਗਜ਼ਾਮਪਲ ਤੁਹਾਡੀ ਵੀਡੀਓ ਕਿਸੇ ਨੇ ਦੇਖੀ ਤੇ ਤੁਹਾਡੀ ਵੀਡੀਓ ਦੇਖ ਕੇ ਜੇ ਉਹ ਲਾਈਕ ਕਰਦਾ ਤੇ ਕਮੈਂਟ ਵੀ ਛੱਡਦਾ ਤੇ ਆਬਵੀਅਸਲੀ ਇਦਾਂ ਤੁਹਾਡੇ ਵੀਡੀਓ ਨੂੰ ਜ਼ਿਆਦਾ ਰੀਚ ਮਿਲੂਗੀ ਜੇ 10 ਬੰਦਿਆਂ ਨੇ ਤੁਹਾਡੀ ਵੀਡੀਓ ਦੇਖੀ 10ਾਂ ਚੋਂ ਇੱਕ ਜਣੇ ਨੇ ਵੀ ਨਹੀਂ ਲਾਈਕ ਕੀਤਾ ਇੱਕ ਜਣੇ ਨੇ ਵੀ ਨਹੀਂ ਕਮੈਂਟ ਕੀਤਾ ਤਾਂ ਉਹ ਵੀਡੀਓ ਨੂੰ ਜ਼ਿਆਦਾ ਰੀਚ ਨਹੀਂ ਮਿਲਨੀ ਜਿੰਨੇ ਜ਼ਿਆਦਾ ਲੋਕ ਕਮੈਂਟ ਕਰਨਗੇ ਤੁਹਾਡੀ ਵੀਡੀਓ ਸ਼ੇਅਰ ਕਰਨਗੇ ਲਾਈਕ ਕਰਨਗੇ ਉੰਨੇ ਜ਼ਿਆਦਾ ਤੁਹਾਡੀ ਵੀਡੀਓ ਹੋਰ ਆਡੀਅנס ਤੱਕ ਪਹੁੰਚੂਗੀ ਹੁਣ ਆਪਾਂ ਦੂਜੀ ਚੀਜ਼ ਤੇ ਆਉਂਦੇ ਆ ਮੋਨਟਾਈਜ਼ੇਸ਼ਨ ਵੀ ਆਪਣਾ ਚੈਨਲ ਕਿੱਦਾਂ ਸ਼ੇਤੀ ਮੋਨਟਾਈਜ਼ ਕਰ ਸਕਦੇ ਆ ਹੁਣ YouTube ਚੈਨਲ ਮੋਨਟਾਈਜ਼ ਕਰਨ ਲਈ ਆਹਾਂ ਸ਼ਰਤਾਂ ਨੇ ਤੁਹਾਡਾ ਮਿਨੀਮਮ 1000 ਸਬਸਕ੍ਰਾਈਬਰ ਹੋਣਾ ਚਾਹੀਦਾ ਦੂਜੀ ਚੀਜ਼ 4000 ਵਾਚ ਟਾਈਮ ਆਵਰਸ ਹੋਣਾ ਚਾਹੀਦਾ ਮਤਲਬ ਕਿ ਲੋਕਾਂ ਨੇ ਤੁਹਾਡਾ ਕੰਟੈਂਟ 4000 ਘੰਟੇ ਲਈ ਕੰਜ਼ਿਊਮ ਕੀਤਾ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਮੈਂ ਸਮਝਾਉਣਾ ਤੁਸੀਂ ਇੱਕ 10 ਮਿੰਟ ਦੀ ਵੀਡੀਓ ਪਾਈ ਉਹ 10 ਮਿੰਟ ਦੀ ਵੀਡੀਓ ਨੂੰ 6 ਜਣਿਆਂ ਨੇ ਦੇਖ ਲਿਆ ਹਨਾ ਉਹਨਾਂ ਨੇ ਪੂਰੀ ਵੀਡੀਓ ਦੇਖੀ ਤੇ 60 ਮਿੰਟ ਲਈ ਲੋਕਾਂ ਨੇ ਤੁਹਾਡਾ ਕੰਟੈਂਟ ਦੇਖ ਲਿਆ ਸੋ 1 ਘੰਟਾ ਹੋ ਗਿਆ ਇਦਾਂ ਤੁਸੀਂ 4000 ਘੰਟਿਆਂ ਤੱਕ ਪਹੁੰਚਣਾ ਜਦੋਂ ਆਪਾਂ ਚੈਨਲ ਮੋਨਟਾਈਜ਼ ਕਰਦੇ ਹਾਂ ਆਪਣਾ ਐਡਸੈਂਸ ਦਾ ਅਕਾਊਂਟ ਬਣਦਾ ਤੇ ਐਡਸੈਂਸ ਤੇ ਹੀ ਉੱਥੇ ਪੈਸੇ ਆਉਂਦੇ ਨੇ ਹੁਣ ਆਪਾਂ ਚੈਨਲ ਛੇਤੀ ਮੋਨਟਾਈਜ਼ ਕਿਵੇਂ ਕਰ ਸਕਦੇ ਹਾਂ ਜੇ ਹੁਣ ਤੁਸੀਂ ਇਦਾਂ ਨਾਰਮਲ ਵੀਡੀਓਜ਼ ਪਾਉਂਦੇ ਹੋ ਲੌਂਗ ਜਿਹੜੀਆਂ ਲੰਬੇਆ ਵੀਡੀਓਜ਼ ਹੁੰਦੀਆਂ ਨੇ ਤੇ ਉਹਨਾਂ ਨਾਲ ਤੁਸੀਂ ਦੇਖਿਆ ਵੀ ਤੁਹਾਡੀ ਰੀਚ ਘਟਾ ਲੋਕਾਂ ਤੱਕ ਪਹੁੰਚ ਨਹੀਂ ਰਹੇ ਫਿਰ ਤੁਸੀਂ ਸ਼ਾਰਟਸ ਨਾਲ ਟਰਾਈ ਕਰੋ ਹੁਣ ਜੋ ਮੈਂ YouTube ਸਟਾਰਟ ਕੀਤਾ ਉਦੋਂ ਸ਼ਾਰਟਸ ਹੁੰਦੇ ਨਹੀਂ ਸੀ ਵੀ ਸ਼ਾਰਟ ਟਰਮ ਵੀਡੀਓਜ਼ ਆਪਾਂ ਸ਼ਾਰਟ ਟਰਮ ਕੰਟੈਂਟ ਪਾ ਨਹੀਂ ਸਕਦੇ ਸੀ ਆ ਸ਼ਾਰਟਸ ਆ ਸਾਲ ਤੋਂ ਹੀ ਆਏ ਨੇ ਜਿਹੜੇ YouTube ਸ਼ਾਰਟਸ ਨੇ ਉਹਨਾਂ ਦਾ ਜ਼ਿਆਦਾ ਚਾਂਸ ਆ ਵੀ ਉਹ ਤੁਹਾਡੀ ਵੀਡੀਓ ਵਾਇਰਲ ਚਲ ਜੇ ਤੇ ਜਾਦੇ ਲੋਕਾਂ ਤੱਕ ਪਹੁੰਚੇ ਤੇ ਇੱਕ ਵੀਡੀਓ ਤੁਹਾਨੂੰ ਵਾਇਰਲ ਚਾਹੀਦੀ ਆ ਤੇ ਇੱਕਦਮ ਤੁਹਾਡੇ ਇਕੱਠੇ ਸਬਸਕ੍ਰਾਈਬਰ ਉਹ ਇੱਕ ਵੀਡੀਓ ਤੋਂ ਹੀ ਵੱਧ ਜਾਂਦੇ ਨੇ ਜੇ ਲੌਂਗ ਵੀਡੀਓਜ਼ ਨਾਲ ਤੁਹਾਨੂੰ ਨਹੀਂ ਰੀਚ ਮਿਲਦੀ ਤਾਂ ਸ਼ਾਰਟ ਟਰਮ ਕੰਟੈਂਟ ਪਾਉਣਾ ਸ਼ੁਰੂ ਕਰੋ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੋਊਗਾ ਸਭ ਕਿਤੇ ਸ਼ਾਰਟ ਟਰਮ ਕੰਟੈਂਟ ਚੱਲਦਾ ਪਰ ਉਹ ਸ਼ਾਰਟ ਟਰਮ ਕੰਟੈਂਟ ਨਾਲ ਅਨਲੈਸ ਤੁਹਾਡੀ ਵੀਡੀਓ ਬਹੁਤ ਵਾਇਰਲ ਚਲ ਜੇ ਉਹਨਾਂ ਸਬਸਕ੍ਰਾਈਬਰ ਤਾਂ ਪੂਰੇ ਹੋ ਜਾਣਗੇ ਪਰ ਵਾਚ ਟਾਈਮ ਆਵਰਸ ਪੂਰਾ ਮਤਲਬ ਥੋੜਾ ਔਖਾ ਹੋਗਾ ਅਨਲੈਸ ਵੀ ਬਹੁਤ ਮਿਲੀਅਨਾਂ ਚ ਹਮੇਸ਼ਾ ਤੁਹਾਡੇ ਵਿਊ ਜਾਂਦੇ ਰਹਿਣਾ ਹੁਣ ਵਾਚ ਟਾਈਮ ਆਵਰ ਪੂਰਾ ਕਰਨ ਲਈ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਸੀ ਵੀਡੀਓ ਜਿਵੇਂ ਨਾਰਮਲ ਵੀਡੀਓਜ਼ ਜੇ ਪਾਉਣੀਆਂ ਨੇ ਨਾ ਜਿਵੇਂ ਇਦਾਂ ਦੀ ਵੀਡੀਓ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਤੁਸੀਂ ਮੇਕ ਸ਼ੁਰ ਕਰਨਾ ਵੀ ਵੀਡੀਓ ਦੀ ਲੈਂਥ 10 ਤੇ 20 ਮਿੰਟਾਂ ਦੇ ਵਿੱਚ ਹੋਵੇ 10 ਮਿੰਟਾਂ ਤੋਂ ਘੱਟ ਨਾ ਹੋਵੇ ਕਿਉਂਕਿ ਫਿਰ ਦਾ ਮਤਲਬ ਵੀਡੀਓ ਫਿਰ ਬੜੀ ਛੋਟੀ ਗਾ ਨਾ ਆਪਾਂ ਵੌਸ ਟਾਈਮ ਆਵਰ ਵੀ ਆਪਣਾ ਵਧਾਉਣਾ ਮਿਨੀਮਮ 10 ਮਿੰਟਾਂ ਦੀ ਤਾਂ ਹੋਵੇ ਤੇ ਮੈਕਸਿਮਮ 20 ਮਿੰਟ ਹੁਣ ਅੱਜ ਕੱਲ ਆਏ ਆ ਸਾਰੇ ਸੋਸ਼ਲ ਮੀਡੀਆ ਤੇ ਜਿਆਦਾ ਸ਼ਾਰਟ ਫਾਰਮ ਕੰਟੈਂਟ ਰਹਿੰਦਾ ਹਨਾ ਤੇ ਜਦੋਂ ਆਪਾਂ ਬੜੀ ਲੰਬੀ ਵੀਡੀਓ ਪਾ ਦਿੰਨੇ ਆ ਨਾ ਅਨਲੈਸ ਉਹ ਟਾਪਿਕ ਬਹੁਤ ਜ਼ਿਆਦਾ ਇੰਟਰਸਟਿੰਗ ਹੋਵੇ ਜਾਂ ਟ੍ਰੈਂਡਿੰਗ ਵਿੱਚ ਹੋਵੇ ਲੋਕ ਐਡੇ ਲੰਬੀ ਵੀਡੀਓ ਦੇਖਣਾ ਪਸੰਦ ਨਹੀਂ ਕਰਦੇ YouTube ਇੱਕ ਇਦਾਂ ਦੀ ਚੀਜ਼ ਆ ਵੀ ਸਿੰਪਲੀ ਤੁਸੀਂ ਵੀਡੀਓਜ਼ ਪਾਉਣੀਆਂ ਨੇ ਤੁਹਾਡੇ ਨਾਲ ਲੋਕ ਵੀ ਜੁੜਨਗੇ ਤੇ ਉਹਦੇ ਪੈਸੇ ਵੀ ਮਿਲਣਗੇ ਹੁਣ ਮੇਰੀ ਆ ਸਾਲ ਸਭ ਤੋਂ ਵਾਇਰਲ ਵੀਡੀਓ ਜਿਹੜੀ ਸੀ ਉਹ ਮੈਨ ਲਾਦਾ 7.5 ਲੱਖ ਹੋਣਗੇ ਆਲਮੋਸਟ ਹਨਾ ਐਗਜ਼ੈਕਟਲੀ ਨਹੀਂ ਮੈਨੂੰ ਐਕਿਊਰੇਟ ਨੰਬਰ ਮੈਨੂੰ ਵੀ ਨਹੀਂ ਯਾਦ ਹਨਾ ਪਰ 7 ਲੱਖ ਤੋਂ ਜ਼ਿਆਦਾ ਆ ਤੇ ਉਹ ਵੀਡੀਓ ਦੇ ਅੱਜ ਤੱਕ ਹਜੇ ਵਿਊਜ਼ ਆਏ ਜਾਂਦੇ ਨੇ ਸੋ ਜਦ ਤੱਕ ਉਹਦੇ ਵਿਊਜ਼ ਆਏ ਜਾਂਦੇ ਨੇ ਉਹ ਤੋਂ ਮੈਨੂੰ ਪੈਸਾ ਬਣੇ ਜਾਂਦਾ ਚਾਹੇ ਤੁਸੀਂ ਵੀਡੀਓ 2 ਸਾਲ ਪਹਿਲਾਂ ਪਾਈ ਹੋਵੇ ਪਰ ਜੇ ਉਹਦੇ ਅੱਜ ਤੱਕ ਵੀ ਵਿਊਜ਼ ਆਉਂਦੇ ਨੇ ਨਾ ਤੁਹਾਨੂੰ ਪੈਸਾ ਬਣੇ ਜਾਣਾ ਉਹਦਾ ਅੱਜ ਵੀ ਤੁਹਾਡੇ ਬੈਂਕ ਵਿੱਚ ਪੈਸਾ ਆਊਗਾ ਸੋ ਇੱਕ ਤਰ੍ਹਾਂ ਦੀ ਵਧੀਆ ਚੀਜ਼ ਵੀ ਆ ਹਨਾ ਤੁਸੀਂ ਆਪਦੇ ਫਾਇਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਇੱਥੇ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਤੁਸੀਂ ਡਿਫਰੈਂਟ ਡਿਫਰੈਂਟ ਕੰਟੈਂਟ ਟਰਾਈ ਕਰਕੇ ਦੇਖਣਾ ਇੱਥੇ ਹੁਣ ਆਪਾਂ ਗੱਲ ਕਰਦੇ ਹਾਂ ਪੈਸਿਆਂ ਦੀ ਵੀ YouTube ਕਿੰਨਾ ਪੇ ਕਰਦਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਾਫੀ ਲੋਕਾਂ ਨੂੰ ਨਹੀਂ ਪਤਾ ਪਰ ਤੁਹਾਡਾ ਕੰਟੈਂਟ ਵੀ ਮੈਟਰ ਕਰਦਾ ਕਿਉਂਕਿ ਕਈ ਕੰਟੈਂਟ ਨੂੰ YouTube ਦੀ ਐਲਗੋਰਿਦਮ ਪ੍ਰਾਇਓਰਟੀ ਦਿੰਦੀ ਆ ਹਨਾ ਕਈਆਂ ਨੂੰ ਘੱਟ ਮਤਲਬ ਲੈਸ ਉਹਦੇ ਲਈ ਇੰਪੋਰਟੈਂਟ ਹੁੰਦੇ ਨੇ ਹੁਣ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਹੈਲਥ ਫਾਈਨੈਂਸਸ ਤੇ ਟੈਕਨੋਲੋਜੀ ਆ ਤਿੰਨੇ ਟੌਪਿਕ ਦੇ ਨਾਲ ਰਿਲੇਟਡ ਵੀਡੀਓਜ਼ ਪਾਉਂਦੇ ਹੋ ਇੱਕ ਤਾਂ ਤੁਹਾਡੀ ਵੀਡੀਓਜ਼ ਨੂੰ ਜ਼ਿਆਦਾ ਰੀਚ ਮਿਲੂਗੀ ਦੂਈ ਗੱਲ ਜਦੋਂ ਆਪਾਂ ਨੂੰ ਪੈਸੇ ਆਉਂਦੇ ਹੁੰਦੇ ਨੇ ਇੱਕ ਵੀਡੀਓ ਤੇ ਲੋਕ ਕਹਿੰਦੇ ਨੇ ਨਾ ਵੀ ਯਾਰ YouTube ਕਿੰਨੇ ਪੈਸੇ ਦਿੰਦਾ YouTube 1000 ਵਿਊ ਦੇ ਕਿੰਨੇ ਪੈਸੇ ਦਿੰਦਾ ਉਹ ਤੁਹਾਡੇ RPM ਤੇ ਡਿਪੈਂਡ ਕਰਦਾ RPM ਹੁੰਦਾ ਰੈਵਨਿਊ ਫॉर ਏਵਰੀ 1000 ਵਿਊ ਇੱਕ ਡਿਫਰੈਂਟ ਚੈਨਲ ਦਾ ਅਲੱਗ-ਅਲੱਗ RPM ਹੁੰਦਾ ਤੇ RPM ਉਸ ਹਾਵਨਾ ਹੁੰਦਾ ਵੀ ਉਹ ਚੈਨਲ ਕਿੱਦਾਂ ਦਾ ਕੰਟੈਂਟ ਪਾਉਂਦਾ ਜਿੱਦਾਂ ਕਿ ਮੈਂ ਕਿਹਾ ਟੈਕਨੋਲੋਜੀ ਫਾਈਨੈਂਸਸ ਐਂਡ ਹੈਲਥ ਇਹ ਟਾਪਿਕ ਜਿਹੜੇ ਨੇ ਇੰਨਾ ਤੇ ਸਭ ਨੂੰ ਹਾਈएस्ट ਆਰਪੀਐਮ ਹੁੰਦਾ ਸਭ ਨੂੰ ਜਿਆਦਾ ਪੇ ਕਰਦੀ ਆ YouTube ਹੁਣ ਜੇ ਤੁਸੀਂ ਵਲੌਗਸ ਪਾਉਨੇ ਹੋ ਵਲੌਗਸ ਤੇ ਸਭ ਨੂੰ ਘੱਟ ਪੇ ਕਰਦਾ ਤੇ ਰੀਚ ਵੀ ਉਹਦੀ ਥੋੜੀ ਹੁਣ ਘਟਾਉਂਦਾ ਜਾਂਦਾ ਠੀਕ ਆ ਸੋ ਤੁਸੀਂ ਦੇਖਿਆ ਤੁਸੀਂ ਕੋਈ ਏਦਾਂ ਦਾ ਚੈਨਲ ਬਣਾਉਂਗੇ ਜਿਹੜਾ ਇਨਫੋਰਮੇਟਿਵ ਹੋਵੇ ਨੌਲੇਜ ਵਾਲਾ ਚੈਨਲ ਹੋਵੇ ਉਥੇ ਜਿਆਦਾ ਚਾਂਸ ਨੇ ਵੀ ਤੁਹਾਨੂੰ ਛੇਤੀ ਰੀਚ ਮਿਲੇ ਤੇ ਜਿਹੜੇ ਤੁਹਾਡੇ ਵੀਡੀਓਜ਼ ਨੇ ਉਹਤੇ 1000 ਵੀਊ ਤੇ ਤੁਹਾਨੂੰ ਪੈਸੇ ਵੀ ਜਿਆਦਾ ਆਉਣ ਹਣਾ ਐਡਸੈਂਸ ਤੋਂ ਹੁਣ ਇੱਕ ਗੱਲ ਹੁੰਦੀ ਹੁਣ ਆਰਪੀਐਮ ਲਗਭਗ ਐਵਰੇਜ 2 ਡਾਲਰ ਤੋਂ ਲੈ ਕੇ 15 ਡਾਲਰ ਤੱਕ ਜਾਂਦਾ ਹੁਣ ਜਿੱਦਾਂ ਕਿ ਮੈਂ ਕਿਹਾ ਬਲੌਗਿੰਗ ਲਈ ਸਭ ਨੂੰ ਲੋਇਸਟ ਆਰਪੀਐਮ ਹੁੰਦਾ 2 ਡਾਲਰ ਤੇ ਬਾਕੀ ਜਿਹੜੇ ਟੌਪਿਕ ਨੇ ਜਿਵੇਂ ਟੈਕਨੋਲੋਜੀ ਹੋਗੇ ਫਾਈਨੈਂਸਸ ਹੋਗੇ ਉਹਨਾਂ ਦਾ ਸਭ ਨੂੰ ਹਾਈਐਸਟ ਆਰਪੀਐਮ ਹੁੰਦਾ ਉਹਦੇ ਲਈ YouTube ਜਿਆਦਾ ਪੈਸੇ ਦਿੰਦੀ ਆ ਸੋ ਇਹ ਹੁਣ ਮੈਂ ਤੁਹਾਨੂੰ ਦੱਸਿਆ ਹਨਾ ਇਹ ਤੁਹਾਡਾ ਫੈਸਲਾ ਵੀ ਤੁਸੀਂ ਕਿੱਦਾਂ ਦਾ ਕੰਟੈਂਟ ਆਪਦੇ ਚੈਨਲ ਤੇ ਪਾਉਣਾ ਹਨਾ ਕਿੱਦਾਂ ਦਾ ਕੰਟੈਂਟ ਨਹੀਂ ਪਾਉਣਾ ਪਰ ਜੇ ਥੋੜਾ ਬਹੁਤਾ ਆਪਦਾ ਕੰਫਰਟ ਜ਼ੋਨ ਤੋਂ ਬਾਹਰ ਜਾਓਗੇ ਹਨਾ ਕੁਝ ਆਪਦਾ ਡਿਫਰੈਂਟ ਟਰਾਈ ਕਰਕੇ ਦੇਖੋਗੇ ਮੇਬੀ ਹਨਾ ਇਦਾਂ ਦਾ ਵੈਲਿਊਏਬਲ ਚੈਨਲ ਤੁਹਾਡਾ ਹੋਵੇ ਤੁਹਾਡਾ ਹੀ ਫਾਇਦਾ ਆਏ ਚ ਕਿਉਂਕਿ ਤੁਹਾਨੂੰ ਵਧੀਆ ਉਹ ਤੋਂ ਇਨਕਮ ਆਉਗੇ ਸੋ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਸੋ ਜੇ ਇਦਾਂ ਦਾ ਕੰਟੈਂਟ ਹੋਰ ਚਾਹੀਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਉਹਦਾ ਦੀ ਵੀਡੀਓਜ਼ ਲਿਆਵਾਂਗੇ ਓਕੇ